ਮ੍ਰਿਤਿ 28 29 ਸਤੰਬਰ 2022 ਦੀ ਰਾਤ ਨੂੰ ਪਿੰਡ ਭਵਾਨੀਪੁਰ थाना ਫਤੂ ਟਿੰਗਾ ਵਿਖੇ ਐਕਸਿਸ ਬੈਂਕ ਦੀ ਸ਼ਾਖਾ ਦੇ ਵਿੱਚ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਸਥਾਨਕ ਪੁਲਿਸ ਫਤੂ ਟਿੰਗੇ ਨੂੰ ਇਹ ਦੀ ਇਨਫੋਰਮੇਸ਼ਨ ਮਿਲੀ ਸੀ ਮੌਕੇ ਤੇ ਜਾ ਕੇ ਜਦੋਂ ਦੇਖਿਆ ਗਿਆ ਤਾਂ ਖੇਤਾ ਵਾਲੀ ਸਾਈਡ 'ਚ ਕੰਧ ਦੇ ਵਿੱਚ ਪਾੜ ਪਾ ਕੇ ਕੁਝ ਅਣਪਛਾਤੇ ਵਿਅਕਤੀ ਐਕਸਿਸ ਬੈਂਕ ਦੀ ਸ਼ਾਖਾ ਦੇ ਅੰਦਰ ਕੁਝੇ ਸੀ ਅਤੇ ਸਟਰੋਂਗ ਰੂਮ ਦੇ ਵਿੱਚ ਪਈ ਅਲਮਾਰੀ ਨੂੰ ਬਲੇਡਾਂ ਦੇ ਨਾਲ ਵੱਢ ਕੇ ਔਰ ਚੋ ਚੋ तकरीबन 38 ਲੱਖ ਰੁਪਏ ਦੀ ਚੋਰੀ ਕੀਤੀ ਸੀ ਜਿਸ ਤੇ ਫਲਸਰੂਪ ਮੁਕੱਦਮਾ ਨੰਬਰ 95 ਮਿਤੀ 29 ਸਤੰਬਰ 2022 ਨੂੰ ਅੰਡਰ ਸੈਕਸ਼ਨ 457 380 ਫਤੂ ਟਿੰਗੇ ਵਿੱਚ ਦਰਜ ਕੀਤਾ ਗਿਆ ਤਫਤੀਸ਼ ਜਿਹੜੀ ਹੈਗੀ ਹੈ ਉਹ ਸੀਨੀਅਰ ਅਫਸਰਾਂ ਐਸਪੀਡੀ ਹਰਵਿੰਦਰ ਸਿੰਘ ਦੱਲੀ ਡੀਐਸਪੀਡੀ ਬਜਿੰਦਰ ਸਿੰਘ ਇਨਚਾਰਜ ਸੀਆਈਏ ਕਪੂਰਥਲਾ ਜਰਨੈਲ ਸਿੰਘ ਐਸਐਚਓ ਫਤੂ ਟਿੰਗਾ ਮਨਦੀਪ ਕੌਰ ਅਤੇ ਇਨਚਾਰਜ ਟੈਕਨੀਕਲ ਸੈਲ ਚਰਨਜੀਤ ਸਿੰਘ ਇਹਨਾਂ ਸਾਰਿਆਂ ਨੇ ਆਪਣੇ ਹੱਥਾਂ ਵਿੱਚ ਲਈ ਜਿਸ ਦੇ ਫਲ ਸ্বরূপ 3 ਅਕਤੂਬਰ 2022 ਨੂੰ ਪਹਿਲੇ ਦੋਸ਼ੀ ਰਣਜੀਤ ਕੁਮਾਰ ਬਿੰਦ ਪੁੱਤਰ ਸਰਯੋਗ ਬਿੰਦ ਵਾਸੀ ਨਾਰਗਪੁਰ ਉਦਾਰੀ ਥਾੜਾ ਸੁਲਤਾਨਗੰਜ ਜ਼ਿਲ੍ਹਾ ਪਾਗਲਪੁਰ ਬਿਹਾਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਜਿਹੜੀ ਗ੍ਰਿਫਤਾਰੀ ਸਗੀ ਉਹ ਜ਼ਿਲ੍ਹਾ ਪਾਗਲਪੁਰ ਦੇ ਵਿੱਚ ਹੋਈ ਸੀ ਅਤੇ ਇਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਦੇ ਵਿੱਚ ਵਾਪਸ ਕਪੂਰਥਲੇ ਲੈ ਕੇ ਆਏ ਸੀ। ਰਣਜੀਤ ਕੁਮਾਰ ਦੀ ਪੁਸ਼ਗੀਸ਼ ਦੇ ਵਿੱਚ ਹੋਰ ਪੰਜ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਜੋ ਹਨ ਕੇਲਾਸ਼ਬਿੰਦ, ਗਜਾਨੰਦ, ਰਾਜਾ ਕੁਮਾਰ, ਰੰਮੀਬਿੰਦ ਅਤੇ ਮੁਕੇਸ਼ਬਿੰਦ। ਇਹ ਸਾਰੇ ਜੋ ਦੋਸ਼ੀ ਹਨ ਇਹ ਝਾਰਖੰਡ ਅਤੇ ਬਿਹਾਰ ਦੇ ਰਹਿਣ ਵਾਲੇ ਹਨ। ਅਤੇ 16 ਨਵੰਬਰ 2022 ਨੂੰ ਜ਼ਿਲ੍ਹਾ ਮੁੰਗੇਰ ਬਿਹਾਰ ਤੋਂ ਕੇਲਾਸ਼ਬਿੰਦ, ਗਜਾਨੰਦ ਅਤੇ ਰਾਜਾ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤਰ੍ਹਾਂ ਜਿਹੜੀ ਵਾਰਦਾਤ ਹੈਗੀ ਹੈ ਇਸ ਨੂੰ ਕਪੂਰਥਲਾ ਪੁਲਿਸ ਪੂਰੀ ਤਰ੍ਹਾਂ ਟਰੇਸ ਕਰਨ ਦੇ ਵਿੱਚ ਸਫਲ ਹੋਈ ਹੈ ਦੌਰਾਨੇ ਤਫਤੀਸ਼ ਇਹ ਵੀ ਕਬੂਲਿਆ ਹੈ ਕਿ ਨੂਰਮੈਲ ਦੇ ਵਿੱਚ ਵੀ ਇਹਨਾਂ ਨੇ ਇੱਕ ਚੋਰੀ ਦੀ ਵਾਰਦਾਤ ਜਿਹੜੀ ਸੀਗੀ ਉਹਨੂੰ ਅੰਜਾਮ ਦਿੱਤਾ ਸੀ ਜੋ ਵਾਰਦਾਤ ਕੀਤੀ ਸੀ ਉਹਦੇ ਰਿਗਾਰਡਿੰਗ ਐਫ ਆਈ ਆਰ ਨੰਬਰ 84 ਥਾੜਾ ਨੂਰਮੈਲ ਦੇ ਵਿੱਚ ਦਰਜ ਹੈ ਦੋ ਗ੍ਰਫ ਦੋ ਅਕਿਊਜ਼ ਦੀ ਹੈ ਜੇ ਗ੍ਰਿਫਤਾਰੀ ਬਾਕੀ ਹੈ ਤੇ ਉਹਦੇ ਲਈ ਛਾਪਮਾਰੀ ਚੱਲ ਰਹੀ ਹੈ ਧੰਨਵਾਦ